ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਸਾਡਾ ਇੱਥੇ ਕੁਸ਼ਚਨ ਦਿੱਤਾ ਗਿਆ, ਦਾ ਅਮਾਊਂਟ ਆਫ ਮਨੀ ਇਨ ਦਾ ਅਕਾਊਂਟ ਐਵਰੀ ਈਅਰ, ਠੀਕ, ਵੈਨ ਰੁਪੀਜ਼ 10,000 ਇਜ਼ ਡਿਪੋਜ਼ਿਟਡ ਐਟ ਕੰਪਾਊਂਡ ਇੰਟਰਸਟ ਐਟ 8% ਪਰ ਐਨਮ। ਦੇਖੋ ਜੀ, ਇੱਥੇ ਕੁਸ਼ਚਨ ਕੰਪਾਊਂਡ ਇੰਟਰਸਟ ਦੇ ਉੱਪਰ ਪੁੱਛਿਆ ਗਿਆ ਕਿ ਅਮਾਊਂਟ ਆਫ ਮਨੀ ਇਨ ਦਾ ਅਕਾਊਂਟ ਐਵਰੀ ਈਅਰ, ਹਰ ਸਾਲ ਬਾਅਦ ਅਮਾਊਂਟ ਕਿੰਨਾ ਹੋ ਜਾਏਗਾ ਮਨੀ ਦਾ ਅਕਾਊਂਟ ਦੇ ਵਿੱਚ, ਜਦੋਂ 10,000 ਡਿਪੋਜ਼ਿਟ ਕਰ ਦਿੱਤਾ ਗਿਆ, ਉਹਦੇ 'ਤੇ ਇੰਟਰਸਟ ਕਿੰਨਾ ਲੱਗ ਰਿਹਾ ਸੀ, ਕੰਪਾਊਂਡ ਇੰਟਰਸਟ ਲੱਗ ਰਿਹਾ ਸੀ ਐਨੂਅਲੀ 8% ਦਾ। ਠੀਕ ਹੈ, ਤਾਂ ਮੈਂ ਲਿਖਦਾ ਇੱਥੇ ਇੰਟਰਸਟ, ਇੰਟਰਸਟ ਅਰਨਡ ਇਨ ਫਸਟ ਈਅਰ, ਮਤਲਬ ਕਿੰਨਾ ਉਹਨੇ ਵਿਆਜ ਪਹਿਲੇ ਈਅਰ 'ਚ ਕਮਾਇਆ, ਪਹਿਲੇ ਈਅਰ 'ਚ ਉਹਨੂੰ ਕਿੰਨਾ ਵਿਆਜ ਮਿਲਿਆ, ਅਰਨਡ ਇਨ ਫਸਟ ਈਅਰ। ਠੀਕ ਹੈ ਜੀ, ਫਸਟ ਈਅਰ, ਤਾਂ ਇਹ ਲਿਖਿਆ ਆਪਾਂ, ਇਹ ਆਇਆ ਜੀ 10,000 ਦਾ 8% ਕੱਢਾਂਗੇ ਆਪਾਂ, ਇੰਟੂ 8 ਅਪੋਨ 100, 0 0 ਕੈਂਸਲ ਹੋ ਜਾਣਗੀਆਂ, ਇਹ ਆ ਜਾਏਗਾ 800 ਰੁਪੀਜ਼। ਠੀਕ ਹੈ ਜੀ, ਇੰਨਾ ਇੰਟਰਸਟ ਮਿਲਿਆ ਉਹਨੂੰ। ਟੋਟਲ ਅਮਾਊਂਟ ਆਊਟਸਟੈਂਡਿੰਗ ਆਫਟਰ 1 ਈਅਰ, ਮਤਲਬ ਕਿ 1 ਸਾਲ ਬਾਅਦ ਉਹਦੇ ਅਕਾਊਂਟ 'ਚ ਕਿੰਨਾ ਪੈਸਾ ਹੋ ਜਾਏਗਾ, ਆਫਟਰ 1 ਈਅਰ 1 ਸਾਲ ਬਾਅਦ ਉਹਦੇ ਅਕਾਊਂਟ 'ਚ ਪੈਸਾ ਹੋ ਜਾਏਗਾ 10,000 ਦੇ ਵਿੱਚ ਤੁਸੀਂ 800 ਐਡ ਕਰ ਦੋਗੇ, ਇਹ ਆ ਜਾਏਗਾ 10,000 ਪਲੱਸ 800 ਰੁਪੀਜ਼, ਯਾਨੀ ਕਿ ਇਹ ਆ ਗਿਆ ਜੀ 10,800। ਠੀਕ ਹੈ, ਨੈਕਸਟ ਸਟੈਪ ਸਾਡਾ ਕੀ ਹੋਏਗਾ, ਹੁਣ ਆਪਾਂ ਇੰਟਰਸਟ ਸੈਕਿੰਡ ਈਅਰ 'ਚ ਵੀ ਕੱਢ ਸਕਦੇ ਹਾਂ, ਲਿਖ ਸਕਦੇ ਹਾਂ ਇੱਥੇ ਨਾਓ ਇੰਟਰਸਟ ਅਰਨਡ ਇਨ ਸੈਕਿੰਡ ਈਅਰ ਠੀਕ ਹੈ ਜੀ, ਸੈਕਿੰਡ ਈਅਰ 'ਚ ਕਿੰਨਾ ਹੋ ਜਾਏਗਾ 10,800 ਦੇ ਉੱਪਰ ਹੀ ਹੁਣ ਦੁਬਾਰਾ ਤੋਂ ਕੀ ਲੱਗੇਗਾ, ਇੰਟਰਸਟ ਲੱਗੇਗਾ, ਕਿਉਂਕਿ ਇਹ ਅਮਾਊਂਟ ਹੁਣ ਬੈਂਕ ਦੇ ਵਿੱਚ ਹੈ, ਸੈਕਿੰਡ ਈਅਰ 'ਚ ਇਹਦੇ ਉੱਪਰ ਹੀ ਵਿਆਜ ਲੱਗੇਗਾ, ਕਿੰਨੇ ਪਰਸੈਂਟ ਲੱਗੇਗਾ 8% ਲੱਗੇਗਾ, 8/100, ਇਹਨੂੰ ਆਪਾਂ ਸੋਲਵ ਕੀਤਾ, 0 0 ਕੈਂਸਲ ਹੋ ਗਈ, ਇਹ ਆ ਰਿਹਾ ਜੀ ਸੋਲਵ ਹੋ ਕੇ ਮਲਟੀਪਲਾਈ ਕਰਨਗੇ 8 ਦੇ ਨਾਲ, ਠੀਕ ਹੈ, ਇਹ ਆ ਜਾਏਗਾ 864 ਰੁਪੀਜ਼। ਠੀਕ ਹੈ, ਤਾਂ ਇੱਥੇ ਲਿਖ ਸਕਦਾ ਮੈਂ ਟੋਟਲ ਅਮਾਊਂਟ ਆਊਟਸਟੈਂਡਿੰਗ ਆਊਟਸਟੈਂਡਿੰਗ ਆਫਟਰ ਸੈਕਿੰਡ ਈਅਰ, ਜਦੋਂ 2 ਸਾਲ ਕੰਪਲੀਟ ਹੋ ਗਏ ਉਸ ਤੋਂ ਬਾਅਦ ਕਿੰਨਾ ਅਮਾਊਂਟ ਹੋ ਗਿਆ 10,800 ਵਿੱਚ ਤੁਸੀਂ 864 ਨੂੰ ਐਡ ਕਰ ਦਿਓ, ਇਹ ਆ ਗਿਆ ਜੀ 11,664 ਰੁਪੀਸ। ਠੀਕ ਹੈ, ਨੈਕਸਟ ਹੈ, ਇੱਦਾਂ ਹੀ ਤੁਸੀਂ ਨੈਕਸਟ ਵੀ ਫਾਇੰਡ ਆਊਟ ਕਰ ਸਕਦੇ ਹੋ, ਇੰਟਰਸਟ ਅਰਨਡ ਇਨ ਥਰਡ ਈਅਰ, ਤੀਜੇ ਸਾਲ 'ਚ ਉਹਦੇ 'ਤੇ ਕਿੰਨਾ ਇੰਟਰਸਟ ਜੋੜ ਕੇ ਕਿੰਨਾ ਅਮਾਊਂਟ ਬਣ ਜਾਏਗਾ, ਇਹ ਆ ਜਾਏਗਾ ਜੀ ਫਿਰ ਉਹੀ 11,664 ਦੇ ਉੱਪਰ 8% ਆਪਾਂ ਫਾਇੰਡ ਆਊਟ ਕਰਾਂਗੇ 8/100, ਇਹ ਆ ਰਿਹਾ ਜੀ ਸੋਲਵ ਹੋ ਕੇ, ਇਹ ਪੁਆਇੰਟ 'ਚ ਆਏਗਾ, ਥੋੜ੍ਹਾ ਧਿਆਨ ਰੱਖਿਓ ਜੀ, ਇਹ ਆਏਗਾ 933.12 ਰੁਪੀਸ। ਠੀਕ ਹੈ ਜੀ, ਹੁਣ ਤੁਸੀਂ ਟੋਟਲ ਅਮਾਊਂਟ ਲਿਖ ਸਕਦੇ ਹੋ, ਟੋਟਲ ਅਮਾਊਂਟ
टोटल अमाउंट, टोटल अमाउंट आउटस्टैंडिंग आउटस्टैंडिंग आफ्टर 3 ईयर, आफ्टर 3 ईयर ये भी इतों आ जाएगा, आप इनू ऐड कर देंगे जी, ये आ जाएगा 11664 दे विच ऐड हो जाएगा 93312, ये आ गया जी 12597.12 रुपीज। ठीक है, सो उम्मीद है जी तुहानू ये क्वेश्चन समझ आया होगा, सो थैंक यू वेरी मच।